ਗੁਰੂ ਨਾਨਕ ਸਾਹਿਬ ਦੇ ਸਿੱਖਿਆ ਜੇ ਤੈਨੂੰ ਪੁੱਛ ਲੈਣ ਅੱਜ ਗੁਰੂ ਨਾਨਕ ਸਾਹਿਬ ਤੂੰ ਤੜਕੇ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਦਾ ਹੁੰਦਾ ਪੰਜ ਬਾਣੀਆਂ ਜ਼ਰੂਰ ਪੜ੍ਹਦਾ ਹੋਵੇਗਾ ਵਾਹਿਗੁਰੂ ਮੰਤਰ ਦੇ ਸਿਮਰਨ ਦੇ ਵਿੱਚ ਕਿੰਨਾ ਚਿਰ ਚਿੱਤ ਜੋੜਦਾ ਹੈ ਮੂਲ ਮੰਤਰ ਦਾ ਕਿੰਨਾ ਕਰਾਸ ਲੈਂਦਾ ਹੈ ਧਰਮ ਦੀ ਕਿਰਤ ਕਰਦਾ ਹੁੰਦਾ ਝੂਠ ਤਾਂ ਨਹੀਂ ਬੋਲਦਾ ਫਿਰ ਤੂੰ ਦਸਵੰਧ ਵਿੱਚੋਂ ਕੱਢਦਾ ਸ਼ਾਮ ਦੇ ਮੌਕੇ ਰਹਿ ਰਾਸ ਅਤੇ ਰਾਤ ਨੂੰ ਕੀਰਤਨ ਸੋਹਿਲਾ ਪੜ੍ਹ ਕੇ ਸੌਂਦਾ ਹੋਵੇਗਾ ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛ ਲੈਣ ਤਾਂ ਆਪਣੀ ਕੀ ਹਾਲਤ ਹੋਵੇ ਕਿਵੇਂ ਸ਼ਰਮਿੰਦੇ ਹੋਵੋਗੇ ਅਤੇ ਕੀ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਪਾਸੋਂ ਹਰ ਰੋਜ਼ ਪੁੱਛ ਰਿਹਾ ਖਿਆਲ ਕਰਨਾ ਚਾਹੀਦਾ ਹੈ ਅੱਜ ਫਿਰ ਕਿਤੇ ਗੁਰਸਿੱਖ ਕਹਾਉਂਦਾ ਹੋਇਆ ਵੀ ਪ੍ਰੇਮਾ ਭਗਤੀ ਤੋਂ ਵਾਂਝਾ ਨਾ ਹੋ ਜਾਂਦਾ ਹੋਵੇ